ਵਸੀਮ ਸਾਹਿਬ ਸੁਣਾਓ ਕੀ ਸੂਰਤ ਹਾਲ ਹੈ? ਡੱਬੇ ਛੱਬੇ ਲਾ ਰਹੇ ਹੋਲੇ ਕਿ ਨਹੀਂ ਲਾ ਰਹੇ? ਕੋਈ ਐਕਟੀਵਿਟੀ ਸ਼ੁਰੂ? ਛੱਡੋ ਡੱਬਿਆਂ ਨੂੰ, ਡੱਬਿਆਂ ਨੂੰ ਛੱਡੋ, ਤੁਹਾਨੂੰ ਅੱਜ ਇੱਕ ਮਜ਼ੇਦਾਰ ਚੀਜ਼ ਸੁਣਾਉਣਾ। ਤੁਹਾਨੂੰ ਪਤਾ ਮੈਂ ਸੈਰ ਸਪਾਟੇ ਕਰਨ ਵਾਲਾ ਬੰਦਾ ਵਾਂ, ਘੁੰਮਣ ਫਿਰਨ ਵਾਲਾ, ਛੁੱਟੀ ਇੰਜੋਏ ਕਰਨ ਵਾਲਾ। ਇਹ ਥੋੜ੍ਹੇ ਦਿਨ ਪਹਿਲੇ ਨਾ ਮੈਂ ਇੱਕ ਬੜਾ ਅੱਛਾ ਬਰੀਡਰ ਹੈ, ਬੜਾ ਵੱਡਾ ਬਰੀਡਰ ਹੈ, ਬਲਕਿ ਇੱਕ ਨਹੀਂ ਦੋ ਨੇ, ਉਹਨਾਂ ਦੋਵਾਂ ਦੇ ਸ਼ੈੱਡ 'ਤੇ ਮੇਰਾ ਚੱਕਰ ਲੱਗਾ। ਵਿਕਾਸ ਬਾਈ, ਛੋਟੇ ਬਰੀਡਰਾਂ ਦੀ ਤੁਸੀਂ ਗੱਲ ਛੱਡ ਦਿਓ, ਜਿਹੜੇ ਪਰੇਸ਼ਾਨੀ ਜ਼ਾਹਰ ਕਰਦੇ ਪਏ ਨੇ, ਵੱਡੇ ਬਰੀਡਰ ਦਾ ਜਿਹੜਾ ਆਲਮ ਹੈ ਨਾ, ਉਹ ਮੈਂ ਹੈਰਾਨ ਹੋ ਗਿਆ, ਸਮਝ ਉਹਨੂੰ ਵੀ ਨਹੀਂ ਆਈ ਜੇ ਉਹਦੇ ਵੀ ਤੋਤੇ ਉੱਡੇ ਹੈ, ਜੇ ਹਾਲੇ ਵੀ ਤੋਤੇ ਰੱਖ ਕੇ ਬੈਠੇ ਹੈ ਜੇ। ਯਾਰ ਤੁਹਾਡੇ ਨਾਲ ਮੈਂ ਮਜ਼ਾਕ ਕਰਨਾ ਵੀ, ਹਾਲੇ ਵੀ ਤੋਤੇ ਰੱਖ ਕੇ ਬੈਠੇ ਨੇ ਕਿ ਅੱਛੀ ਪ੍ਰਾਈਸ 'ਤੇ ਵੇਚਾਂਗੇ। ਭਾਈ ਦੇਖੋ, ਅਸਲ ਗੱਲ ਹੈਗੀ ਹੈ, ਹਰ ਦੌਰ ਜਿਹੜਾ ਨਾ, ਹਰ ਦੌਰ ਇੱਕ ਨਵੀਂ ਚੀਜ਼ ਸਿਖਾਉਂਦਾ ਬੰਦੇ ਨੂੰ, ਨਵੀਂ ਆਈਟਮ। ਅਤੇ ਜਿਹੜਾ ਸਿੱਖਣ ਤੋਂ ਕੰਮੀ ਕਤਰਾਉਂਦਾ ਹੈ, ਜਾਂ ਜਿਹੜਾ ਕਹਿੰਦਾ ਮੈਂ ਸਿੱਖ ਗਿਆ, ਉਹ ਹਮੇਸ਼ਾ ਹੀ ਪਿੱਟ ਜਾਂਦਾ। ਅਤੇ ਛੋਟੇ ਨਾਲੋਂ ਵੱਡਾ ਬਹੁਤਾ ਪਿੱਟਿਆ ਇਸ ਟਾਈਮ, ਨਾ ਉਹ ਕਿਸੇ ਨੂੰ ਦੱਸ ਸਕਦਾ ਮੇਰਾ ਤੋਤਾ ਨਹੀਂ ਵਿਕਦਾ ਪਿਆ, ਕਿਉਂਕਿ ਉਹਨੂੰ ਕੋਈ ਲੱਗਾ ਹਾਈ ਐਂਡ, ਗਾਹਕ ਅੱਗੇ ਨਹੀਂ ਗਾ, ਅਤੇ ਹਾਈ ਐਂਡ ਲੈ ਕਿੰਨੇ ਜਾਣਾ, ਮੁਸ਼ਕਲ ਹੋਈ ਹੈ ਨਾ ਜੀ ਸਭ ਨੂੰ। ਅਤੇ ਭਾਈ ਨਾ ਹਾਲੇ ਵੀ ਢੇਰਾਂ ਦੇ ਢੇਰ ਰੱਖ ਕੇ ਬੈਠੇ ਨੇ, ਅਤੇ ਦਾਣਾ ਪਾਉਣ ਤੋਂ ਪਰੇਸ਼ਾਨ ਹੋਏ ਨੇ ਕਿ ਯਾਰ ਦਾਣਾ ਨਹੀਂ ਪੂਰਾ ਹੁੰਦਾ ਪਿਆ। ਪ੍ਰਾਈਜ਼ ਇਸ਼ੂ ਹੈ। ਦੇਖੋ ਇੱਕ ਚੀਜ਼, ਗਰਮੀਨੋ ਦੀ ਐਗਜ਼ਾਮਪਲ ਲੈ ਲੈਂਦੇ, ਜਿਹੜੀ ਸਭ ਦੀ ਜਾਨ ਸੀ ਕਿਸੇ ਵਕਤ, ਅਲਬਾਈਨੋ ਗਰਮੀਨੋ। ਹੁਣ ਐਸੇ ਮੈਂ ਅਲਬਾਈਨੋ ਕੋਈ ਸਪੋਸ 5,000 ਰੁਪਏ ਦਾ ਗਰਮੀਨੋ ਹੈ, ਐਗਜ਼ਾਮਪਲ ਦੇ ਤੌਰ 'ਤੇ, ਉਹ ਐਸੀ ਸਾਰੀ ਜਗ੍ਹਾ ਮੈਨੂੰ 5,500 ਮਿਲ ਜਾਏ, 6,000 ਮਿਲ ਜਾਏ, ਅਲਬਾਈਨੋ ਹੈ ਸਪੋਸ, ਉਹਦੀ ਪ੍ਰਾਈਜ਼ 2,500 ਹੈ, 3,000 ਹੈ, ਉਹ ਐਸੀ ਸਾਰੀ ਜਗ੍ਹਾ ਮੈਨੂੰ 32-3,300 ਮਿਲ ਜਾਏ। ਮੈਂ ਵੱਡਾ ਬਰੀਡਰ, ਮਾਰਕੀਟ ਤੋਂ ਹਟ ਕੇ ਚੱਲਦੇ, ਮੈਨੂੰ ਕੋਈ ਜਵਾਨੀ ਢੇਲੀ ਵੱਧ ਲੱਭਣੀ ਚਾਹੀਦੀ, ਮੇਰਾ ਨਾਂ ਹੈਗਾ ਯਾਰ, ਮੈਂ ਬ੍ਰਾਂਡ ਹਾਂ। ਅਸੀਂ ਹਾਲੇ ਤੱਕ ਕੰਮ ਨਹੀਂ ਸਿੱਖਦੇ, ਮੈਂ ਤੁਹਾਡੀ ਅਕਸਰ ਵੀਡੀਓ 'ਚ ਗੱਲ ਕੀਤੀ, ਸਾਨੂੰ ਹਾਲੇ ਤੱਕ ਕੰਮ ਨਹੀਂ ਸਮਝ ਆ ਰਿਹਾ। ਜਦੋਂ ਕੰਮ ਸਮਝ ਆਓਗੇ ਨਾ ਤੁਸੀਂ, ਤੁਹਾਨੂੰ ਸਕੂਨ ਹੋਈ ਹੈਗਾ। ਦੇਖੋ ਜਦੋਂ ਤੱਕ ਪਿਛਲਾ ਉਹ ਵਲੌਗ ਨਹੀਂ ਵਿਕੇਗਾ, ਅਗਲਾ ਤਾਂ ਸਿਰ 'ਤੇ ਖਲੋਤਾ ਆ ਜਾਓ। ਦੇਖੋ ਕਈ ਐਸੇ ਇਲਾਕੇ ਨੇ, ਮੈਂ ਲਾਹੌਰ ਦੀ ਗੱਲ ਨਹੀਂ ਕਰਦਾ, ਪੰਜਾਬ ਤੋਂ ਥੋੜ੍ਹਾ, ਪੰਜਾਬ ਦੇ ਕਿਨਾਰੇ, ਪੰਜਾਬ ਤੋਂ ਬਾਹਰ ਕਈ ਐਸੇ ਇਲਾਕੇ ਨੇ, ਕੇਪੀਕੇ ਵਾਲੇ ਪਾਸੇ ਚਲੇ, ਉੱਥੇ ਲੋਕਾਂ ਹੈਚਿੰਗ ਵੀ ਸ਼ੁਰੂ ਹੋ ਗਈ। ਚਕਵਾਲ ਮੇਰੀ ਇੱਕ ਬੰਦੇ ਨਾਲ ਗੱਲ ਹੋਈ ਸੀ, ਉਹਨੇ ਹੈਚਿੰਗ ਵੀ ਕਰੀਬ ਹੈ, ਕੋਈ ਸਟਾਰਟ ਹੋ ਗਈ ਹੈ, ਕੋਈ ਕਰੀਬ ਹੈ। ਅਤੇ ਗੱਲ ਹੈਗੀ, ਉਹ ਜਦੋਂ ਬਰਡ ਆ ਜਾਏਗਾ ਅਤੇ ਐਸ ਐਮ ਮਾਰਕੀਟ ਲੈ ਰਹੀ ਹੈ ਬਰਡ, ਅਤੇ ਮਾਰਕੀਟ ਕੋਈ ਚੋਇਸ ਰਹਿ ਜਾਏਗੀ। ਸਾਨੂੰ ਕੰਮ ਦੀ ਸਮਝ ਨਹੀਂ ਆਉਂਦੀ ਬਈ, ਅਸਰ ਉਹ ਲੈ ਵੇ। ਹੁਣ ਮੈਂ ਨਾ ਤੁਹਾਨੂੰ ਐਸੇ ਗੱਲ ਤੋਂ ਦੋ ਚੀਜ਼ਾਂ ਦੱਸ ਦਿਆਂ, ਦੋ ਵਾਕਈ ਛੋਟੇ ਛੋਟੇ। ਇੱਕ ਤਾਂ ਧਰਮ ਦੱਸਿਆ ਕਿ ਦੋ ਬਰੀਡਰ ਨੇ ਇੰਤਜ਼ਾਰ ਹੀ ਬੈਠੇ ਨੇ, ਤੇ ਜਗ੍ਹਾ ਨਹੀਂ ਜੀ ਤੋਤੇ ਲਾਉਣ ਦੀ, ਇਹ ਵੀ ਮੈਂ ਤੁਹਾਨੂੰ ਦੱਸ ਦਵਾਂ। ਅਗਰ 100 ਕੇਜੇ ਤੇ 150 ਜੋੜਾ ਤਿਆਰ ਹੈ ਯਾਰ, ਚੁੱਕ ਕੇ ਫਰਕ ਕਰੋ। 100 ਦਾ ਤੁਹਾਡੇ ਕੋਲ, 100 ਕੇਜੇ ਤੇ ਤੁਹਾਡੇ ਕੋਲ ਐਸ ਐਲ ਜੋੜਾ ਹੋਣਾ ਚਾਹੀਦਾ 70, ਹਾਈ ਐਂਡ ਤੁਹਾਡੇ ਆਪਣੇ ਸ਼ੈੱਡ ਦਾ ਹਾਈ ਐਂਡ ਲੱਗਾ ਹੋਣਾ ਚਾਹੀਦਾ। ਲੋਕ ਹਾਲੇ ਵੀ ਫੋਸਟਰ ਲੈ ਕੇ ਬੈਠੇ ਹੈ, ਤੁਹਾਡਾ ਹੀ ਖਿਆਲ ਹੈ ਅਗਲੇ ਸਾਲ ਰੇਟ ਉਹ ਵੱਧ ਜਾਏਗਾ, ਨਹੀਂ ਪਾਏ ਹਾਲੇ ਘਟੇਗਾ।
ਖਾਸ ਤੌਰ ਤੇ ਛੋਟੇ ਤੋਤੇ ਦਾ, ਗ੍ਰੀਨ ਦਾ, ਬਿਲੂ ਦਾ, ਪਾਰ ਬਿਲੂ ਦਾ, ਗ੍ਰੀਨ ਆਫ ਲਾਈਨ, ਬਿਲੂ ਆਫ ਲਾਈਨ, ਇਹਨਾਂ ਦੇ ਰੇਟ ਥੋੜੇ ਬਹੁਤ ਸ਼ਾਇਦ ਫਲੈਕਚੁਏਟ ਥੱਲੇ ਨੂੰ ਕਰ ਜਾਣ, ਸ਼ਾਇਦ ਥੋੜੇ ਬਹੁਤ ਫਲੈਕਚੁਏਟ ਥੱਲੇ ਨੂੰ ਕਰ ਜਾਣ, ਤੇ ਜੇ ਅਸੀਂ ਹੱਲ ਵੀ ਨਹੀਂ ਸਮਝਾਂਗੇ ਕੰਮ ਨੂੰ ਤੇ ਕਿੱਥੇ ਜਾਵਾਂਗੇ? ਅਸੀਂ ਪਿਛਲੇ ਇੱਕ ਸਾਲ ਤੋਂ ਦੇਖ ਰਹੇ, ਮੈਂ ਤਕਰੀਬਨ ਇੱਕ ਸਾਲ, ਕਿ ਹਰ ਆਉਣ ਵਾਲਾ ਦਿਨ ਰੇਟ ਥੱਲੇ ਨੂੰ ਆ ਰਿਹਾ, ਉੱਤੇ ਨੂੰ ਕੋਈ ਬਣ ਨਹੀਂ ਗਿਆ, ਤੇ ਅਸੀਂ ਹਾਲੇ ਵੀ ਇੰਤਜ਼ਾਰ ਚੰਗੇ। ਅੱਛਾ, ਜਿਹੜਾ ਸਟੈਪ ਇੱਕ ਥੱਲੇ ਉਤਰਦਾ ਨਾ ਰੇਟ, ਅਸੀਂ ਪਿਛਲੇ ਸਟੈਪ ਵਾਲਾ ਰੇਟ ਮੰਗਣ ਲੱਗ ਪੈਂਦੇ ਹਾਂ। ਅਸੀਂ ਇਹ ਨਹੀਂ ਕਰਦੇ ਕਿ ਅੱਜ ਦੇ ਦਈਏ ਤੇ ਜਾਨ ਛੁੱਟ ਜਾਏ, ਈਜ਼ੀ ਹੋਈ। ਮੈਂ ਈਜ਼ੀ ਹਾਂ ਭਾਈ, ਮੇਰੇ ਕੋਲ ਕੋਈ ਤੋਤਾ ਵੇਚਣ ਵਾਲਾ ਨਹੀਂ ਪਿਆ। ਮੇਰੇ ਕੋਲ ਕੋਈ ਆਵੇ ਨਾ ਤੇ ਮੈਨੂੰ ਕਹੇ ਇੱਕ ਸਿੰਗਲ ਅਲਬਾਈਨੋ ਸਪਲਿਟ ਦੇ ਦੇ, ਜਾਂ ਮੈਨੂੰ ਇੱਕ ਗ੍ਰੀਨ ਆਫ ਲਾਈਨ ਦਾ ਤੋਤਾ ਦੇ ਦੇ, ਤੇ ਮੇਰੇ ਕੋਲ ਨਹੀਂ ਹੈਗਾ ਦੇਣ ਵਾਸਤੇ। ਮੇਰੇ ਕੋਲ ਉਦੋਂ ਤੋਂ ਨਹੀਂ ਹੈਗਾ ਜਦੋਂ ਦੇ ਮੈਂ ਬੋਕਸ ਲਾਤੇ ਨੇ, ਮੈਂ ਉਦੋਂ ਦਾ ਤੋਤਾ ਨਹੀਂ ਰੋਕਿਆ ਆਪਣੇ ਕੋਲ। ਮੈਨੂੰ ਕਈ ਮੇਰੇ ਦੋਸਤਾਂ ਨੇ, ਤੁਹਾਡੇ ਵਰਗੇ ਦੋਸਤਾਂ ਨੇ ਇਤਰਾਜ਼ ਕੀਤਾ, ਵਸੀਮ ਸਾਹਿਬ ਯਾਰ ਮਾਰਕੀਟ ਯਾਰ ਰੇਟ ਤੇ ਤਾਂ ਨਾ ਦਿਓ, ਮਗਰ ਮੈਂ ਦੇ ਤਾ, ਮੈਨੂੰ ਪਤਾ ਸੀ ਰੋਜ਼ ਥੱਲੇ ਆ ਰਹੇ ਯਾਰ, ਕੱਲ੍ਹ ਹੋਰ ਘੱਟ ਹੋਈ ਹੈਗਾ। ਤਾਂ ਉਹਦੀ ਐਗਜ਼ਾਮਪਲ ਹੈ ਦੇਣਾ, ਇੱਕ ਬੰਦਾ ਕਹਿੰਦਾ ਯਾਰ ਅੱਜ ਰੇਟ ਹੈਗਾ 5,000 ਰੁਪਇਆ ਗਰਮੀਨੋ ਦਾ, ਮੈਂ 5,200 ਦਾ ਦੇਣਾ, ਮੈਂ 5,500 ਦਾ ਦੇਣਾ। 15 ਦਿਨ ਬਾਅਦ ਰੇਟ ਹੋ ਜਾਂਦਾ 4,800, 100 ਦਾ ਨਾਲ ਉਹ ਦਾਣਾ ਖਾ ਗਿਆ ਹੁੰਦਾ, ਉਹਨੂੰ ਪੈ ਜਾਂਦਾ 4,700 ਦਾ, ਉਹ ਫਿਰ ਨਹੀਂ ਵੇਚਦਾ, ਕਹਿੰਦਾ ਹੁਣ ਮੈਂ 5,000 ਦਾ ਦੇਣਾ। ਸਾਨੂੰ ਕੰਮ ਦੀ ਸਮਝ ਨਹੀਂ ਆਉਂਦੀ ਪਈ, ਸਾਨੂੰ ਕੰਮ ਦੀ ਸਮਝ ਨਹੀਂ ਆਉਂਦੀ ਪਈ। ਅੱਛਾ, ਉਹਨਾਂ ਦੋ ਕੈਟਾਗਰੀਆਂ ਐਸੇ ਹੈਗੀਆਂ ਜਿਹੜੀਆਂ ਇਸ ਸ਼ੌਕ ਨੂੰ ਜਾਂ ਇੰਡਸਟਰੀ ਨੂੰ, ਜੋ ਮਰਜ਼ੀ ਕਹਿ ਲਓ, ਜਿਹਨੂੰ ਜੋ ਲਫ਼ਜ਼ ਪਸੰਦ ਹੈ ਨਾ ਉਹ ਇਸਤੇਮਾਲ ਕਰ ਲਵੇ, ਸ਼ੌਕ ਕਹਿ ਲਓ ਜਾਂ ਇੰਡਸਟਰੀ ਕਹਿ ਲਓ, ਉਹ ਇਹਨੂੰ ਨੁਕਸਾਨ ਪਹੁੰਚਾ ਰਹੀ ਹੈ ਗੈਰ ਇਰਾਦੀ ਤੌਰ 'ਤੇ। ਪਹਿਲੀ ਉਹ ਕੈਟਾਗਰੀ ਹੈ ਜਿਹੜੀ ਰੋਕ ਕੇ ਬੈਠੀ ਹੋਈ ਹੈ। ਦੂਸਰੀ ਇੱਕ ਹੋਰ ਕੈਟਾਗਰੀ ਵੀ ਹੈਗੀ ਹੈ, ਸ਼ਾਇਦ ਲੋਕਾਂ ਦਾ ਉਹਦਾ ਜ਼ਿਹਨ 'ਚ ਨਹੀਂ ਆ ਰਿਹਾ, ਉਹ ਕੈਟਾਗਰੀ ਜਿਹੜੀ ਇੰਤਜ਼ਾਰ ਕਰਦੀ ਵੀ ਯਾਰ ਰੇਟ ਘੱਟ ਗਿਆ, ਮੇਰਾ ਦਿਲ ਨਹੀਂ ਕਰਦਾ ਮੈਂ ਬੋਕਸ ਲਾਉਣ ਨੂੰ। ਯਾਰ ਉਹਨਾਂ ਨੂੰ ਮੇਰਾ ਇੱਕ ਮਸ਼ਵਰਾ, ਜਾਂ ਤਿਆਰੀ ਕਰਨ ਨੂੰ, ਚਲੋ ਬੋਕਸ ਦਾ ਮੌਸਮ ਨਹੀਂ ਆਇਆ, ਤਿਆਰੀ ਕਹਿ ਲਓ, ਯਾਰ ਮੇਰਾ ਉਹਨਾਂ ਨੂੰ ਮਕਸਦ ਹੈ ਕਿ ਅਗਰ ਉਹਨਾਂ ਦਾ ਦਿਲ ਹੀ ਨਾ ਕਰਦਾ ਪਿਆ ਤਾਂ ਤੋਤਾ ਵੇਚ ਕੇ ਨਾ, ਤਾਂ ਲੋੜ ਖਤਮ ਕਰਨੀ ਇਸ ਸ਼ੌਕ ਤੋਂ ਜਾਂ ਇੰਡਸਟਰੀ ਤੋਂ, ਲੋੜ ਖਤਮ ਕਰ ਦੇਣ, ਤਾਂ ਕਿ ਬਾਹਰ ਤੋਂ ਤੋਤਾ ਚਲਾ ਜਾਵੇ, ਛੋਟੇ ਸ਼ਹਿਰਾਂ 'ਚ, ਕਰਾਚੀ, ਪਾਕਿਸਤਾਨ ਤੋਂ ਬਾਹਰ, ਮਤਲਬ ਕਿਧਰੇ ਵੀ ਚਲਾ ਜਾਵੇ ਤੋਤਾ, ਘੱਟ ਜਾਵੇ, ਤਾਂ ਕਿ ਜਿਹਨਾਂ ਨੂੰ ਇਹ ਸ਼ੌਕ ਹੈ ਜਾਂ ਜਿਹਨਾਂ ਜਿਹੜੇ ਇੱਥੋਂ ਥੋੜ੍ਹੇ ਬਹੁਤ ਪੈਸੇ ਕਮਾਉਣਾ ਚਾਹੁੰਦੇ ਨੇ, ਉਹਨਾਂ 'ਤੇ ਰਸਤਾ ਖੁੱਲ੍ਹੇ ਥੋੜ੍ਹਾ ਜਿਹਾ। ਮੈਂ ਹੁਣ ਥੋੜ੍ਹੀ ਦੇਰ ਪਹਿਲੇ ਗੱਲ ਕੀਤੀ ਸੀ ਕਿ ਦੁਕਾਨਦਾਰ ਕੋਲ ਜਾਂ ਬ੍ਰੋਕਰ ਕੋਲ ਆਪਸ਼ਨ ਆ ਰਹੀ ਹੈ, ਕਿ ਮੇਰੇ ਕੋਲ ਤੋਤੇ ਮੇਰੇ ਕੋਲ ਬੱਚੇ ਆਏ ਹੋਣਗੇ, ਉਹ ਕਹਿੰਦਾ ਨਹੀਂ ਮੈਨੂੰ ਤਾਂ ਵਿਕਾਸ ਭਾਈ 5-6 ਮਹੀਨੇ ਦਾ ਇਹਨਾਂ ਦਾ ਦਿੰਦੇ ਪੈਣੇ, ਜਾਂ 8 ਮਹੀਨੇ ਦਾ, ਜਾਂ 10 ਮਹੀਨੇ ਦਾ, ਤੁਸੀਂ ਇਹ ਕਿਵੇਂ ਦਾ ਦੇਣਾ? ਇਹ ਰਸਤਾ ਦਹਾਨੇ ਪਏ ਹਾਂ ਅਸੀਂ ਜੀ, ਭਾਵੇਂ ਬਿਲਕੁਲ ਹੋਏਗੀ, ਕਿਉਂ ਨਹੀਂ ਹੋਏਗੀ, ਮੈਨੂੰ ਤੁਸੀਂ ਗੱਲ ਦੱਸੋ, ਅਸੀਂ ਪਿਛਲੇ 3 ਸਾਲ ਪਿੱਛੇ ਚਲੇ ਜਾਂਦੇ ਹਾਂ, ਇੱਕ ਸਾਨੂੰ ਗ੍ਰੀਨ ਅਪਲਾਈਨ ਜਾਂ ਸਪਲਿਟ ਅਪਲਾਈਨ ਜਾਂ ਬਿਲੂ ਸਪਲਿਟ ਅਪਲਾਈਨ ਜਾਂ ਪਾਰ ਬਿਲੂ ਸਪਲਿਟ ਅਪਲਾਈਨ ਦਾ ਪੀਸ ਮਿਲ ਰਿਹਾ ਹੁੰਦਾ ਸੀ 6 ਮਹੀਨੇ ਦਾ, ਇੱਕ ਮਿਲ ਰਿਹਾ ਹੁੰਦਾ ਸੀ 3 ਮਹੀਨੇ ਦਾ, ਤਾਂ ਅਸੀਂ ਕਿਹੜਾ ਲੈਣਾ ਸਾਂ ਪਹਿਲੇ? ਕਿਉਂ? ਉਹਦੇ ਨਾਲ ਇੱਕ ਵਜ੍ਹਾ ਵੀ ਹੁੰਦੀ ਸੀ ਯਾਰ, ਠੰਡ ਜ਼ਿਆਦਾ ਹੈਗੀ, ਇਹਨੂੰ ਸੰਭਾਲਣਾ ਮੁਸ਼ਕਲ ਨਹੀਂ ਹੋਏਗਾ, ਆਪਣਾ ਆਪ ਸਰਵਾਈਵ ਕਰ ਜਾਏਗਾ, ਅਤੇ ਦੁਕਾਨਦਾਰ ਜਾਂ ਬ੍ਰੋਕਰ ਉਹਦੀ ਵੀ ਕੋਸ਼ਿਸ਼ ਇਹੀ ਹੈਗੀ ਹੈ ਕਿ ਮੈਨੂੰ ਵੱਡਾ ਤੋਤਾ ਮਿਲੇ, ਮੈਂ ਫਟਕੀ 'ਚ ਪਾਵਾਂ ਅਤੇ ਸਾਰਾ ਇਕੱਠਾ ਤੋੜ ਦਿਆਂ, ਮਰੇ ਨਾ, ਬਿਮਾਰ ਨਾ ਹੋਵੇ, ਮੈਨੂੰ ਕਲੇਮ ਨਾ ਪਵੇ। ਅਸੀਂ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਪਏ ਯਾਰ। ਮੈਂ ਤਾਂ ਹਰ ਵੀਡੀਓ 'ਚ ਤੁਹਾਡੇ ਨਾਲ ਬਹਿ ਕੇ ਇਹੀ ਕੋਸ਼ਿਸ਼ ਕਰਨਾ ਕਿ ਲੋਕ ਇਸ ਗੱਲ ਨੂੰ ਸਮਝ ਜਾਣ ਯਾਰ, ਹੁਣ ਕਿ ਚਲਾਉਣਾ ਕਿਵੇਂ ਨੇ। ਲੋਕ ਹੁਣ ਕੋਸ਼ਿਸ਼ ਭਲਾ ਹੀ ਕਰਦੇ ਪਏ, ਟੂ ਬੀ ਵੈਰੀ ਫਰੈਂਕ, ਇਹ ਕਿਸੇ ਤਰੀਕੇ ਅਸੀਂ ਆਪ ਬੰਦ ਕਰ ਦਈਏ ਇਸ ਕੰਮ, ਤੋਤੇ ਦੇ ਕੰਮ ਨੂੰ, ਅਸੀਂ ਤੁਸੀਂ ਔਰ ਮੈਂ ਕੋਸ਼ਿਸ਼ ਕਰਨੇ ਪਏ ਹਾਂ।
ਇਹਨੂੰ ਕਿਸੇ ਤਰੀਕੇ ਬਿਲਕੁਲ ਠੱਪ ਕਰ ਦਈਏ। ਔਰ ਜ਼ਿਆਦਾ ਕੋਸ਼ਿਸ਼ ਕੌਣ ਕਰਦਾ ਪਿਆ ਪਤਾ ਤੁਹਾਨੂੰ? ਹਮਦਰਦ। ਬਈ ਤੁਸੀਂ ਤੇ ਮੈਂ ਹਮਦਰਦ ਆ ਨਾ, ਲੱਭੜ ਦੇ ਗਏ ਪੈਸੇ ਕਮਾ ਰਹੇ ਯਾਰ, ਥੋੜੇ ਬਹੁਤ ਕਮਾ ਰਹੇ ਹਾਂ ਅਸੀਂ, ਹਮਦਰਦ ਹੈਗੇ ਹਾਂ ਯਾਰ, ਅੱਲਾ ਪਾਗਨ ਬਚਾ ਲੈ, ਇਹਦਾ ਰੇਟ ਉੱਤੇ ਚਲਾ ਜਾਵੇ, ਬਿਹਤਰ ਹੋ ਜਾਵੇ, ਖਰੀਦਦਾਰ ਆ ਜਾਵੇ, ਅਸੀਂ ਹਮਦਰਦ ਆ ਨਾ, ਅਸੀਂ ਇਹਦਾ ਬੇੜਾ ਗੜਾ ਕਰ ਲੈ ਪਏ। ਜਦੋਂ ਵੇਚਣ ਦਾ ਵੇਚਣ ਦਾ ਟਾਈਮ ਆਉਂਦਾ ਅਸੀਂ ਇਹਨੂੰ ਐਂ ਕਰਕੇ ਘੁੱਟ ਕੇ ਬਹਿ ਜਾਂਦੇ ਹਾਂ, ਅਸੀਂ ਬੈਂਕ 'ਚ ਜਾ ਕੇ ਨਾ ਲੋਕਰ ਜਮ੍ਹਾਂ ਕਰਾ ਦਿੰਦੇ ਹਾਂ, ਅਤੇ ਜਦੋਂ ਖਰੀਦਣ ਦਾ ਟਾਈਮ ਆਉਂਦਾ ਤਾਂ ਅਸੀਂ ਲਿਆ ਮਾਰਕੀਟ ਹੀ ਰੱਖ ਦਿੰਦੇ ਹਾਂ ਤੋਤਾ, ਲਓ ਜੀ ਭਾਈ ਇਹ ਪਿਆ ਆ ਜਾਓ ਤੋਤਾ ਮੇਰੇ ਕੋਲ ਲੈ ਲਓ ਜਿੰਨਾ ਮਰਜ਼ੀ। ਸਾਨੂੰ ਸਮਝ ਹੀ ਨਹੀਂ ਆਉਂਦੀ ਬਈ, ਖੁਲਾਸਾ ਕੱਢੋ ਗੱਲ ਦਾ ਕੀ ਕਰੀਏ। ਖੁਲਾਸਾ ਹੈ ਭਾਈ ਜਿੰਨੀ ਜਲਦੀ ਹੋ ਸਕਦਾ ਵੇਚ ਕੇ ਵਿਹਲੇ ਹੋਵੋ, ਤਾਂ ਕਿ ਅਗਲਾ ਫਲੋਕ ਆਵੇ ਅਤੇ ਲੋਕਾਂ ਕੋਲ ਖਰੀਦਦਾਰ ਕੋਲ ਆਪਸ਼ਨ ਨਾ ਹੋਵੇ ਵੱਡੇ ਤੋਤੇ ਦੀ। ਅਤੇ ਜਿਨ੍ਹਾਂ ਨੇ ਕੰਮ ਕਰਨਾ ਉਹ ਆਪਣੀ ਤਿਆਰੀ ਕਰਨ, ਜਿਨ੍ਹਾਂ ਨੇ ਨਹੀਂ ਕਰਨਾ ਉਹ ਵੱਡਾ ਵੇਚ ਦੇਣ, ਤਾਂ ਕਿ ਜਿਹੜੇ ਕੁਛ ਲੋਕ ਰਹੀ ਜਾਣ ਉਹਨਾਂ ਨੂੰ ਅੱਗੋਂ ਤੰਗੀ ਨਾ ਹੋਵੇ। ਮੇਰੀ ਗੱਲ ਸਮਝ ਗਏ ਨਾ ਤੁਸੀਂ? ਉਹਨਾਂ ਨੂੰ ਅੱਗੋਂ ਤੰਗੀ ਨਾ ਹੋਵੇ। ਅੱਛਾ, ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਆਖਰੀ ਮਸ਼ਵਰਾ ਦੇ ਦੇਵਾਂ। ਰੇਟਾਂ ਦੀ ਕਿਲ ਕਿਲ, ਗਾਗਨੀ ਗਾਓ ਦੀ ਕਿਲ ਕਿਲ, ਮਹੀਨੇ ਦਾ ਨਿਵੇਸ਼ਨ ਆਇਆ ਰੱਫੜ, ਇੱਥੋਂ ਅਸੀਂ ਨਿਕਲ ਜਾਈਏ। ਜਿਸ ਭਾਅ ਵਿਕ ਗਿਆ, ਜਿਸ ਭਾਅ ਵਿਕਦਾ ਪਿਆ, ਅੱਲਾ ਦਾ ਸ਼ੁਕਰ ਅਦਾ ਕਰੀਏ ਅਤੇ ਤਿਆਰੀ ਵਾਲੇ ਪਾਸੇ ਫੋਕਸ ਕਰੀਏ। ਅੱਛਾ, ਅੱਜ ਮੈਂ ਸਾਰੀ ਦਿਹਾੜੀ ਸ਼ਾਡੀ 'ਚ ਕੰਮ ਕੀਤਾ ਜੇ, ਮੇਰੀ ਗੱਲ ਸਮਝਿਓ, ਮੈਂ ਆਪਣੀ ਪੇਰਿੰਗ ਸਿੱਧੀ ਕੀਤੀ ਹੈ, ਮੈਂ ਆਪਣੇ ਹਾਈਐਂਡ ਤੋਂ ਸਟਾਰਟ ਲਿਆ, ਆਪਣੀ ਮਰਜ਼ੀ। ਮੈਂ ਉਹਨੂੰ ਸਪੋਜ ਪਾਰਬਿਲੂ ਅਪਲਾਈਨ ਸਪਲਿਟ ਪੇਲ ਫੈਲੋ ਦਾ ਮੇਲ ਲਾਇਆ, ਮੈਂ ਬਿਲੂ ਟੂ ਅਪਲਾਈਨ ਜਾਂ ਬਿਲੂ ਟੂ ਪੇਲ ਫੈਲੋ ਦੀ ਫੀਮੇਲ ਲਾਈ ਹੈ ਮੈਂ, ਅਤੇ ਮੈਂ ਉਹਨੂੰ ਆਪਣੀ ਮਰਜ਼ੀ ਦੀ ਜਗ੍ਹਾ 'ਤੇ ਲਾ ਲਿਆ। ਉਸ ਤੋਂ ਬਾਅਦ ਮੈਂ ਉਸ ਤੋਂ ਹਲਕਾ ਜੋੜਾ ਲਾਇਆ, ਹੁਣ ਮੈਂ ਆਪਣੀ ਮਰਜ਼ੀ ਦੀ ਜਗ੍ਹਾ 'ਤੇ ਲਾ ਲਿਆ। ਉਹ ਕਰਦੇ 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 ਮੈਂ ਜਿਹੜੀ ਮੈਨੂੰ ਜਗ੍ਹਾ ਨਹੀਂ ਪਸੰਦ ਮੇਰੇ ਸ਼ੈੱਡ ਦੀ, ਜਾਂ ਜਿਹੜੀ ਮੈਂ ਕਹਿੰਦਾ ਯਾਰ ਅੱਛੀ ਜਗ੍ਹਾ ਬਰੀਡ ਵਾਸਤੇ ਨਹੀਂ ਗਈ, ਮੈਂ ਹੱਟ ਦੇ ਉੱਥੇ ਚਲਾ ਜਾਵਾਂਗਾ। ਮੈਂ ਸਾਰੀ ਦਿਹਾੜੀ ਆ ਕੰਮ ਕੀਤਾ। ਅਤੇ ਇੱਕ ਗੱਲ ਮੈਂ ਤੁਹਾਨੂੰ ਅੱਜ ਦੱਸ ਦੇਵਾਂ, ਬਾਰ ਬਾਰ ਦੱਸਣਾ, ਅੱਜ ਫਿਰ ਬੜੇ ਮਤਲਬ ਖੁੱਲ੍ਹੇ ਵਾਸ਼ਗਾਹ ਫਲਫਾ ਦੀ ਦੱਸ ਦੇਣਾ, ਭਾਵੇਂ ਤੋਤਾ ਕਿਸੇ ਵੀ ਭਾਅ ਵਿਕੇ ਤਾਂ ਪੱਲਿਓਂ ਪੈਸੇ ਨਹੀਂ ਗਏ ਖਾਂਦਾ। 500 ਦਾ ਤੋਤਾ ਵਿਕਿਆ ਨਾ ਤਾਂ ਪੈਸਾ ਪੱਲਿਓਂ ਨਹੀਂ ਖਾਂਦਾ। ਸਿਰਫ ਤੁਹਾਨੂੰ ਬਰੀਡ ਕਰਾਉਣੀ ਆਉਣੀ ਚਾਹੀਦੀ ਹੈ, ਅਤੇ ਤੁਹਾਡਾ ਫੋਕਸ ਹੋਣਾ ਚਾਹੀਦਾ ਬਰੀਡ 'ਤੇ, ਮੈਂ ਬਰੀਡ ਲੈਣੀ ਹੈ। ਅਗਰ ਤੁਸੀਂ ਬਰੀਡ ਨਹੀਂ ਕਰਾ ਰਹੇ, ਕਰਮੀਨਾ ਤੁਸੀਂ ਜੋ ਜੋੜੇ ਲੈ ਲਏ 2-2 ਲੱਖ ਰੁਪਏ ਦਾ ਜੋੜਾ, ਤੁਸੀਂ ਬਰੀਡ ਹੀ ਨਹੀਂ ਕਰਾ ਸਕੇ, ਤੁਹਾਨੂੰ ਕੀ ਫਾਇਦਾ ਹੋਇਆ ਮੈਨੂੰ ਦੱਸੋ? ਅਤੇ ਜੇ ਤੁਸੀਂ ਜੋੜਾ ਲੈ ਲਿਆ 5-5 ਹਜ਼ਾਰ ਦਾ, ਬੱਚਾ ਵੇਚਿਆ 2 ਹਜ਼ਾਰ ਦਾ, 5 ਬੱਚੇ ਹੀ ਆ ਗਏ ਇੱਕ ਜੋੜੇ 'ਚ ਪੂਰੇ ਸੀਜ਼ਨ 'ਚ, 10 ਹਜ਼ਾਰ ਦੇ ਵਿਕ ਗਏ, ਜੋੜਾ ਤੁਸੀਂ 5 ਹਜ਼ਾਰ ਦਾ ਲਿੱਤਾ, ਤੁਹਾਡਾ ਐਸਿਡ ਫਰੀ ਹੋ ਗਿਆ, ਤੁਸੀਂ ਐਸਿਡ ਜਿੰਨਾ ਪਿਆ ਫਰੀ ਹੋ ਗਿਆ। ਮੈਂ ਉਹ ਪਿਛਲੀ ਵੀਡੀਓ ਜਾਂ ਉਸ ਤੋਂ ਪਿੱਛੇ ਇੱਕ ਗੱਲ ਕੀਤੀ ਸੀ ਕਿ ਯਾਰ ਅਸੀਂ ਤਨਖਾਹਦਾਰ ਲੋਕ ਹਾਂ, ਅਸੀਂ 5 ਹਜ਼ਾਰ ਮਹੀਨਾ ਖਰਚਾ ਕਰਦੇ ਹਾਂ ਸ਼ੈੱਡ ਦੇ ਉੱਤੇ, 12-5 60 60 ਹਜ਼ਾਰ ਸਾਲ ਬਾਅਦ ਇਕੱਠਾ ਮਿਲ ਜਾਂਦਾ, ਸਮਝੋ ਕਮੇਟੀ ਪਾਈਏ ਨਾਲ ਸੈਰ ਸਪਾਟਾ ਮੁਫਤ ਦਾ। ਅਤੇ ਕੰਮ ਨੂੰ ਸਮਝੋ, ਖੁਲਾਸਾ ਹੈ ਕਿ ਕੰਮ ਨੂੰ ਕੀ ਕੰਮ ਨੂੰ ਸਮਝਣਾ, 4 ਚੀਜ਼ਾਂ ਮੈਂ ਦੱਸ ਦਿੰਦਾ। ਪਹਿਲੀ ਗੱਲ ਵੇਚਣ ਦਾ ਟਾਈਮ, ਦੂਜੀ ਗੱਲ ਖਰੀਦਣ ਦਾ ਟਾਈਮ, ਤੀਜੀ ਗੱਲ ਬਰੀਡ ਕਰਾਉਣੀ ਆਉਣੀ ਚਾਹੀਦੀ ਹੈ, ਚੌਥੀ ਗੱਲ ਲਾਉਣਾ ਕੀ ਹੈ ਇਸ ਦਫ਼ਾ। ਇਹ 4 ਚੀਜ਼ਾਂ ਸਿੱਖ ਜਾਓ, ਤੁਹਾਨੂੰ ਇਸ ਸ਼ੌਕ 'ਚ ਜਾਂ ਇੰਡਸਟਰੀ 'ਚ ਨੁਕਸਾਨ ਨਹੀਂ ਹੋ ਸਕਦਾ।